ਇਸ ਵੀਡੀਓ ਦੇ ਵਿੱਚ ਕਲਾਸ 4 ਐਕਸਰਸਾਈਜ਼ 3 ਫਾਈਂਡ ਦਾ ਮਿਸਿੰਗ ਨੰਬਰਸ ਦੀ ਗੱਲ ਕਰਾਂਗੇ ਚੈਪਟਰ ਨੰਬਰ 1 ਸੋ ਆਓ ਮੈਂ ਦੋ ਸਮ ਟਰਾਈ ਕਰਦੀ ਆ ਬਾਕੀ ਦੇ ਸਮ ਤੁਸੀਂ ਖੁਦ ਟਰਾਈ ਕਰਨਾ ਮੈਂ A ਐਂਡ F ਪਰ ਜਿਹੜਾ ਉਹ ਸੋਲਵ ਕਰਕੇ ਦੱਸਦੀ ਆ ਤੁਹਾਨੂੰ ਇਹਦੇ ਵਿੱਚ ਇਹਦੇ ਵਿੱਚ ਕੀ ਹੁੰਦਾ ਆ ਕਿ ਤੁਸੀਂ ਜਿੱਦਾਂ ਜੇਕਰ ਉੱਪਰ ਵਾਲਾ ਬਾਕਸ ਫਿਲ ਕਰਨਾ ਆ ਤੇ ਤੁਸੀਂ ਨੀਚੇ ਵਾਲੀ ਵੈਲਿਊ ਦੇਖਣੀ ਆ ਕਿ ਇਹ ਕਿਸ ਤਰੀਕੇ ਨਾਲ ਆਈ ਜੇਕਰ ਤੁਸੀਂ ਨੀਚੇ ਵਾਲਾ ਬਾਕਸ ਫਿਲ ਕਰਨਾ ਤੇ ਫਿਰ ਤੁਸੀਂ ਉੱਪਰ ਵਾਲੀ ਵੈਲਿਊ ਦੇਖਣੀ ਆ ਸਭ ਤੋਂ ਪਹਿਲਾਂ ਅਸੀਂ ਇਹ ਪਾਟ ਕਰਦੇ ਆ ਇੱਥੇ ਅਸੀਂ نیچے 3 ਦਿੱਤਾ ਹੋਇਆ 3 ਦਾ ਟੇਬਲ ਪੜਾਂਗੇ ਜਿੰਨੀ ਦੇਰ ਤੱਕ 15 ਨਹੀਂ ਆ ਜਾਂਦਾ 3 ਵਾਂ 3 3 ਦੋਸ 6 3 ਤੀਸ 9 3 ਚਾਰਸ 12 3 ਫਾਈਵਸ 15 ਤੇ ਤੁਸੀਂ ਦੇਖੋ ਕਿ 3 ਦਾ ਟੇਬਲ 5 ਤੱਕ ਬੋਲਣ ਤੇ 15 ਆ ਰਿਹਾ ਹੈ نیچے 5 ਤੱਕ ਬੋਲਣ ਤੇ 15 ਆ ਰਿਹਾ ਉੱਪਰ ਵੀ ਤੁਸੀਂ 5 ਤੱਕ ਹੀ ਬੋਲਣਾ ਹੈ 1 ਦਾ ਟੇਬਲ 5 ਤੱਕ ਬੋਲ ਕੇ ਵੇਖੋ 5 ਹੀ ਆਏਗਾ ਠੀਕ ਹੈ ਸੋ ਇਸੇ ਤਰੀਕੇ ਨਾਲ ਤੁਸੀਂ ਇਹ ਵਾਲਾ ਕਰਨਾ ਆ ਤੁਸੀਂ ਉੱਪਰ ਵਾਲਾ ਦੇਖਣਾ ਹੈ ਕਿ 5 ਨੂੰ ਕਿੱਥੋਂ ਤੱਕ ਬੋਲੋਗੇ ਕਿ 25 ਤੁਹਾਡਾ ਆ ਜਾਈ 5 ਵਾਂ 5 5 ਟੂਜ਼ 10 5 ਥਰੀਜ਼ 15 5 ਫੋਰਜ਼ 20 5 ਫਾਈਵਜ਼ 25 ਸੋ so, 5 ਦਾ ਟੇਬਲ 5 ਤੱਕ ਬੋਲਣ ਤੇ 25 ਆ ਰਿਹਾ ਨੀਚੇ ਅਸੀਂ ਕਿਤੇ ਨਾਲ ਕਰਾਂਗੇ 5 ਦੇ ਨਾਲ ਹੀ ਸੋ 7 ਫਾਈਵਜ਼ ਆ 35 ਠੀਕ ਹੈ ਸੋ ਇਸ ਤਰੀਕੇ ਦੇ ਨਾਲ ਤੁਸੀਂ ਮਿਸਿੰਗ ਵੈਲਿਊਜ਼ ਨੂੰ ਫਾਈਂਡ ਕਰ ਸਕਦੇ ਹੋ ਇੱਕ ਐਗਜ਼ਾਮਪਲ ਮੈਂ ਹੋਰ ਲੈ ਲੈਂਨੀ ਆ ਮੰਨ ਲਓ ਨੀਚੇ ਹੈਗਾ 16 ਤੁਸੀਂ 8 ਦਾ ਟੇਬਲ ਬੋਲੋਗੇ ਜਿੰਨੀ ਦੇਰ ਤੱਕ 16 ਨਹੀਂ ਆ ਜਾਂਦਾ 8 1 ਦਾ 8 8 2 ਦਾ 16 ਸੋ 2 ਤੱਕ ਬੋਲਣ ਤੇ 16 ਆ ਰਿਹਾ ਜੇਕਰ ਨੀਚੇ 2 ਤੱਕ ਬੋਲਣ ਤੇ 16 ਆ ਰਿਹਾ ਤੇ ਉੱਪਰ ਵੀ ਅਸੀਂ ਆਹ ਵਾਲੇ 2 ਨਾਲ ਹੀ ਮਲਟੀਪਲਾਈ ਕਰਾਂਗੇ 2 1 ਦਾ 2 2 2 ਦਾ 4 ਸੋ ਆਹ ਮਿਸਿੰਗ ਵੈਲਿਊ ਜਿਹੜੀ ਉਹ ਫਾਈਂਡ ਹੋ ਜਾਏਗੀ